ਪਰਮ ਸਰਕਾਰਯੋਗ ਸਾਧ ਸੰਗਤ ਜੀ ਅਸੀਂ ਆਪਣੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਂਸੀ ਸਾਗੂ ਜਗਜੀਤ ਸਿੰਘ ਜੀ ਇੱਕ ਵਾਰੀ ਹੋਰ ਹੁਲਾਰਾ ਮਾਰੀਏ ਤੇ ਆਖੀਏ ਤਾਂਸੀ ਜੀ ਸਤਗੁਰੂ ਉਦੇ ਸਿੰਘ ਜੀ ਅੱਜ ਦੀ ਸਾਖੀ ਦਾ ਟਾਈਟਲ ਹੈ ਤਪਤ ਮਾਹੀ ਠਾੜ ਵਰਤਾਈ ਅਨਤ ਪਿਆ ਦੁਖ ਨਾਠੇ ਪਾਈ ਸਤਗੁਰੂ ਆਪਣੀ ਸਿੱਖਾਂ ਦੀ ਚਿੰਤਾ ਕਿਸ ਤਰ੍ਹਾਂ ਦੂਰ ਕਰਦੇ ਹਨ ਇਸ ਆਖੀ ਇਸ ਤਰ੍ਹਾਂ ਹੈ ਕਰੋండా ਤਹਿਸੀਲ ਕਰਨਾਲ ਦੇ ਰਹਿਣ ਵਾਲੇ ਸਰਦਾਰ ਬਲਦੇਵ ਸਿੰਘ ਜੀ ਪਹਿਲਾ ਨਾਮਧਾਰੀ ਨਹੀਂ ਸਨ ਉਹ ਸਾਲ 1981 ਵਿੱਚ ਕਿਸੇ ਦੇ ਨਾਲ ਸ਼੍ਰੀ ਭੈਣੀ ਸਾਹਿਬ ਗਏ ਉੱਥੇ ਸ਼੍ਰੀ ਸਾਗੂ ਜਗਜੀਤ ਸਿੰਘ ਜੀ ਦਾ ਦਰਸ਼ਨ ਕੀਤਾ ਅਤੇ ਭਜਨ ਲੈ ਲਿਆ ਉਹ ਪੀ ਡਬਲਯੂ ਡੀਡੀ ਇਲੈਕਟ੍ਰੀਕਲ ਡਿਪਾਰਟਮੈਂਟ ਵਿੱਚ ਨੌਕਰੀ ਕਰਦੇ ਸਨ 9 10 ਮਈ 1983 ਨੂੰ ਉਹਨਾਂ ਦੀ ਬਦਲੀ ਭਵਾਨੀ ਦੀ ਹੋ ਗਈ ਉਹ ਉੱਥੇ ਜਾਣਾ ਨਹੀਂ ਸੰਜਾਉਂਦੇ ਇੱਕ ਤਾਂ ਉਹ ਜਗ੍ਹਾ ਵਧੀਆ ਨਹੀਂ ਸੀ ਤੇ ਦੂਸਰਾ ਉਹ ਘਰ ਤੋਂ ਦੂਰ ਨਹੀਂ ਸੰਜਾਣਾ ਜਾਂਦੇ ਉਹਨਾਂ ਨੇ ਆਪਣੀ ਬਦਲੀ ਰੁਕਾਉਣ ਦੇ ਬੜੇ ਯਤਨ ਕੀਤੇ ਕਈ ਲੀਡਰਾਂ ਨੂੰ ਮਿਲੇ ਪਰ ਕੋਈ ਗੱਲ ਹੀ ਨਾ ਬਣ ਸਕੀ ਇੱਕ ਦਿਨ ਅੰਮ੍ਰਿਤ ਵੇਲੇ ਉਹਨਾਂ ਨੂੰ ਸੁਪਨੇ ਵਿੱਚ ਸਾਗੂ ਜਗਜੀਤ ਸਿੰਘ ਜੀ ਦੇ ਦਰਸ਼ਨ ਹੋਏ ਸੱਚੇ ਬਾਦਸ਼ਾਹ ਜੀ ਇੱਕ ਬਲੰਗ ਉੱਤੇ ਬਿਰਾਜਮਾਨ ਸਨ ਇੱਥੇ ਉਹਨਾਂ ਦੀ ਹਜ਼ੂਰੀ ਵਿੱਚ ਕੁਝ ਸਿੱਖ ਬੈਠੇ ਸਨ ਉਹ ਵੀ ਉਹਨਾਂ ਦੇ ਕੋਲ ਹੀ ਬੈਠ ਗਏ ਸੱਚੇ ਬਾਸ਼ਾ ਜੀ ਨੇ ਪੁੱਛਿਆ ਕਿ ਸਿੱਖਾ ਤੂੰ ਉਦਾਸ ਕਿਉਂ ਹੈ ਉਹਨਾਂ ਨੇ ਜਵਾਬ ਦਿੱਤਾ ਕਿ ਜੀ ਮੈਂ ਉਦਾਸ ਨਹੀਂ ਹਾਂ ਸੱਚੇ ਬਾਸ਼ਾ ਜੀ ਨੇ ਬਚਨ ਕੀਤਾ ਕਿ ਨਾਲੇ ਤੇ ਉਦਾਸ ਹੈ ਤੇ ਨਾਲੇ ਝੂਠ ਬੋਲਦਾ ਹੈ ਉਹਨਾਂ ਨੇ ਅਰਜ਼ ਕੀਤੀ ਕਿ ਤੁਸੀਂ ਅੰਦਰ ਜਾਮੀ ਹੋ ਮੈਂ ਤੁਹਾਨੂੰ ਕੀ ਦੱਸਾਂ ਸੱਚੇ ਬਾਸ਼ਾ ਜੀ ਨੇ ਹੁਕਮ ਕੀਤਾ ਕਿ ਤੂੰ ਚੰਡੀਗੜ੍ਹ ਜਾ ਲਾ ਜਾ ਤੇਰੀ ਬਦਲੀ ਰੁਕ ਜਾਵੇਗੀ ਅੱਗੋਂ ਬਲਦੇਵ ਸਿੰਘ ਜੀ ਨੇ ਅਰਜ਼ ਕੀਤੀ ਕਿ ਚੰਡੀਗੜ੍ਹ ਤੇ ਮੇਰਾ ਕੋਈ ਵਾਕਫ ਵੀ ਨਹੀਂ ਕੋਈ ਐਮ ਐਲ اے ਜਾਂ ਕੋਈ ਮੰਤਰੀ ਨੂੰ ਮੈਂ ਨਹੀਂ ਜਾਣਦਾ ਕਿਸ ਦੇ ਕੋਲ ਜਾਵਾਂ ਪਰ ਫਿਰ ਹੁਕਮ ਹੋਇਆ ਕਿ ਤੂੰ ਚਲ ਆ ਜਾ ਕੋਈ ਨਾ ਕੋਈ ਆਪੇ ਹੀ ਮਿਲ ਜਾਵੇਗਾ ਬਲਦੇਵ ਸਿੰਘ ਜੀ ਨੇ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਅਗੇ ਸਾਗੁਰ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਚੰਡੀਗੜ੍ਹ ਚਲੇ ਗਏ ਉਹਨਾਂ ਨੇ ਕਾਰ ਵਿੱਚ ਕਿਸੇ ਨੂੰ ਉਹਨਾਂ ਦੱਸਿਆ। ਚੰਡੀਗੜ੍ਹ ਪਹੁੰਚ ਕੇ ਦੁਪਹਿਰ ਤੱਕ ਆਪਣੇ ਡਿਪਾਰਟਮੈਂਟ ਦੇ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਰਹੇ ਪਰ ਮੰਤਰੀ ਨੂੰ ਨਾ ਮਿਲ ਸਕੇ। ਉਹਨਾਂ ਦੇ ਨਾਲ ਇੱਕ ਹੋਰ ਆਦਮੀ ਸੀ ਜਿਹੜਾ ਆਪਣੀ ਬਦਲੀ ਰੁਕਵਾਉਣ ਆਇਆ ਹੋਇਆ ਸੀ। ਦੋਵੇਂ ਜਿਹੜੇ ਨਿਰਾਸ਼ ਹੋ ਕੇ ਉੱਥੇ ਇੱਕ ਬਾਗਿਚੇ ਵਿੱਚ ਖਾਣਾ ਖਾਣ ਲਈ ਬੈਠ ਗਏ। ਅਚਾਨਕ ਉਸੇ ਡਿਪਾਰਟਮੈਂਟ ਦੇ ਮੰਤਰੀ ਦੀ ਗੱਡੀ ਉਹਨਾਂ ਦੇ ਕੋਲ ਹੀ ਆ ਕੇ ਰੁਕ ਗਈ। ਗੱਡੀ ਵਿੱਚੋਂ ਡਰਾਈਵਰ ਨਿਕਲ ਕੇ ਉਹਨਾਂ ਦੇ ਕੋਲ ਹੀ ਆ ਕੇ ਖਲੋ ਗਿਆ। ਉਹ ਡਰਾਈਵਰ ਬਲਦੇਵ ਸਿੰਘ ਜਿਹਦੇ ਨਾਲ ਦੇ ਆਦਮੀ ਨੂੰ ਜਾਣਦਾ ਸੀ। ਉਹਨੇ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਆਏ ਹੋ? ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਪੀਡਬਲਯੂਡੀ ਦੇ ਡਿਪਾਰਟਮੈਂਟ ਦੇ ਮੰਤਰੀ ਨੂੰ ਮਿਲਣਾ ਹੈ ਅਤੇ ਆਪਣੀ ਬਦਲੀ ਕੈਨਸਲ ਕਰਵਾਉਣੀ ਹੈ। ਪਰ ਸਾਨੂੰ ਕੋਈ ਮਿਲਣ ਹੀ ਨਹੀਂ ਦੇ ਰਿਹਾ। ਉਹ ਡਰਾਈਵਰ ਕਹਿਣ ਲੱਗਾ ਕੀ ਇਹ ਤੇ ਕੋਈ ਵੱਡੀ ਗੱਲ ਨਹੀਂ ਮੈਂ ਉਸੇ ਮੰਤਰੀ ਦਾ ਹੀ ਡਰਾਈਵਰ ਹਾਂ ਚਲੋ ਮੈਂ ਤੁਹਾਨੂੰ ਉਹਨਾਂ ਦੇ ਕੋਲ ਲੈ ਜਾਂਦਾ ਹਾਂ ਉਹਨਾਂ ਨੇ ਡਰਾਈਵਰ ਦੇ ਨਾਲ ਜਾ ਕੇ ਬਦਲੀ ਕੈਨਸਲ ਕਰਵਾਉਣ ਲਈ ਅਰਜੀ ਦਿੱਤੀ ਮੰਤਰੀ ਨੇ ਉਸੇ ਵੇਲੇ ਹੀ ਬਦਲੀ ਕੈਨਸਲ ਦੇ ਆਰਡਰ ਕਰ ਦਿੱਤੇ ਸਤਿਗੁਰੂ ਕਰਨ ਕਾਰਨ ਸਮਰਾਤ ਅਕਾਲ ਪੁਰਖ ਹੈ ਸਾਰੀ ਸ੍ਰਿਸ਼ਟੀ ਦੀ ਡੋਰੀ ਉਹਦੇ ਹੱਥ ਵਿੱਚ ਹੈ ਜਦੋਂ ਸਾਗੁਰ ਜੀ ਦੇ ਸੁਪਨੇ ਵਿੱਚ ਦਰਸ਼ਨ ਹੁੰਦੇ ਹਨ ਤਾਂ ਉਹ ਸਾਗੁਰੂ ਜੀ ਆਪ ਹੀ ਹੁੰਦੇ ਹਨ ਉਹਨਾਂ ਦਾ ਸੁਪਨੇ ਵਿੱਚ ਬਚਨ ਕੀਤਾ ਵੀ ਨਿਰਅਰਥਕ ਨਹੀਂ ਹੁੰਦਾ ਸੁਣ ਸਕੀਏ ਮੇਰੀ ਨੀਦ ਭਲੀ ਮੈਂ ਆਪ ਨੜਾ ਪਿਰ ਮਿਲਿਆ ਸਾਗੁਰੂ ਜੀ ਦਾ ਸੁਪਨ ਦਰਸ਼ਨ ਵੀ ਪਾਗਨ ਆਲ ਹੀ ਮਿਲਦਾ ਹੈ ਤਾਨ 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 ਹਾਂ ਸਾਗੁਰੂ ਜਗਜੀਤ ਸਿੰਘ ਜੀ ਸੱਚੇ ਪਾਸ਼ਾ ਸਾਡੇ ਉਹਨਾਂ ਦੇ ਚਰਨਾਂ ਤੇ ਅਨਿਕਾ ਅਨਿਕਾ ਵਾਰੀ ਦੰਡੋਤ ਬੰਦਨਾ ਹੈ ਤਾਂ ਸਿਰ ਸਾਗਰੂ ਜਗਜੀਤ ਸਿੰਘ ਜੀ